ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਗ ਧਾਰੈ ਪਾਹਣ ਮਾਨ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਨ ਪਰਛਿਆ ਸੇ ਪਸ ਪ੍ਰੇਤ ਸੁਰ ਨਰ ਭਏ ਬਲਿਹਾਰੀ ਗੁਰ ਆਪਣੇ ਦੁਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਚੋਂ ਬਣ ਆਈ ਪੂਰ
ਗੁਰੂ ਲਿਖਿਆ ਪਾਈ ਇਹ ਮਨ ਤੇਰਾ ਭਾਈ ਸੰਤਨ ਸੋ ਮੇਰੀ ਲੇਵਾ ਦੇਵੀ ਸੰਤਨ ਸੋ ਵਿਵਹਾਰ ਸੰਤਨ ਸੋ ਹਮ ਲਾਹਾ ਕਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਹੋ ਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਪਟਿਓ ਸਗਰੋ ਲਿਖਾ ਮਹਾਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕੋ ਨਾਨਕ ਹਰ ਚੋਂ ਮਨ ਮਾਨਿਆ ਰੰਗ ਰਤੀ ਵਿੱਚ ਮਾਜੇ ਹਮ ਸੰਤਨ ਕੀ ਰਿਣ ਪਿਆਰੇ ਹਮ ਸੰਤਨ ਕੀ ਸਰ ਸੰਤ ਹਮਾਰਾ ਗਹਿਣਾ ਹੈ ਜਿੰਦ ਮੇਰੀਏ ਨੀ ਸੰਤ
ਜਿੰਦ ਮੇਰੀਏ ਨੀ ਸੰਤ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸਹਿਵੇ ਕੁਮਾਰ ਰਾਜਾਨ ਰਾਜ ਭਾਨਾ ਨਿਭਾਨ ਦੇਵਾਨ ਦੇ ਉਪਮਾ ਮਹਾਨ ਦੇ ਮਾਲਕ ਸਮਰੱਥ ਗੁਰੂ ਜਗਤ ਗੁਰੂ ਪ੍ਰਤੱਖ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਵਾਹਿਗੁਰੂ ਵੱਲੋਂ ਆਪਾਂ ਨੂੰ ਇਹ ਜੀਵਨ ਮਿਲਿਆ ਬੜਾ ਹੀ ਕੀਮਤੀ ਹੈ, ਬੜਾ ਅਮੋਲਕ ਹੈ। ਦੁਰਲੱਭ ਦੇ ਪਾਈ ਵੱਡ ਭਾਗੀ, ਦੁਰਲੱਭ ਦੇ ਵੱਡੇ ਭਾਗਾਂ ਨਾਲ ਮਿਲੀ ਹੈ। ਦੁਰਲੱਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਦੁਰਲੱਭ ਦੇ ਮਿਲੀ ਹੈ ਕੇਵਲ ਨਾਮ ਜਪਣ ਵਾਸਤੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਥਾ ਮੁਕਦੀ ਚੱਲੀ ਰਹਿਣ। ਨਾਮ ਨਾ ਜਪੈ ਤੇ ਆਤਮ ਘਾਤੀ, ਕਹਿੰਦੇ ਉਹ ਆਤਮ ਘਾਤੀ ਹੈ ਜਿਹੜਾ ਨਾਮ ਨਹੀਂ ਜਪਦਾ, ਆਤਮਾ ਦਾ ਘਾਤ ਕਰ ਲੈਂਦਾ ਹੈ। ਕਿਉਂਕਿ ਇੱਕ ਤਾਂ ਸਰੀਰ ਦੀ ਖੁਰਾਕ ਹੈ ਸਾਧ ਸੰਗਤ ਪ੍ਰਸ਼ਾਦਾ ਪਾਣੀ, ਜੋ ਕਿ ਆਪਾਂ ਤਿੰਨ ਟਾਈਮ ਇਹਨੂੰ ਦਿੰਦੇ ਹਾਂ, ਇਹਦੇ ਆਸਰੇ ਚੱਲਦਾ ਹੈ। ਸਾਡੇ ਤ੍ਰੈ ਮਨ ਦੇਹੁਰੀ ਚੱਲੇ ਪਾਣੀ, ਅੰਨ ਪਾਣੀ ਦਾ ਮੁਹਤਾਜ ਇਹ ਸਰੀਰ ਹੈ। ਇਹ ਤਾਂ ਸਰੀਰ ਦੀ ਖੁਰਾਕ ਹੈ ਤਾਂ ਦਿੰਦੇ ਹਾਂ, ਲੰਗਰ ਵੀ ਚੱਲਦੇ ਨੇ। ਪਹਿਲੇ ਪੰਗਤ ਫਿਰ ਸੰਗਤ, ਹੁਕਮ ਵੀ ਇਹ ਸੀ। ਪਹਿਲਾਂ ਪੰਗਤ ਵਿੱਚ ਭਾਈ ਇਹਨੂੰ ਸਰੀਰ ਨੂੰ ਖੁਰਾਕ ਦੇ ਦਿਓ, ਫਿਰ ਸੰਗਤ ਵਿੱਚ ਆ ਕੇ ਦੂਸਰੀ ਖੁਰਾਕ। ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਇਹ ਗੁਰ ਸ਼ਬਦ ਦਾ ਲੰਗਰ ਹੈ ਜਿੱਥੇ ਹੁਣ ਆਪਾਂ ਬੈਠੇ ਹਾਂ। ਇਹ ਰੂਹ ਦੀ ਖੁਰਾਕ ਮਿਲਦੀ ਹੈ ਇੱਥੇ। ਸਰੀਰ ਕਰਕੇ ਤਾਂ ਰਿਸ਼ਟ ਪੁਸ਼ਟ ਹਾਂ ਆਪਾਂ, ਕਿਉਂਕਿ ਧਿਆਨ ਰੱਖਦੇ ਹਾਂ, ਖੁਰਾਕ ਦਿੰਦੇ ਹਾਂ ਇਹਨੂੰ। ਪਰ ਕਈ ਦਫ਼ਾ ਆਤਮਾ ਕਰਕੇ ਅਸੀਂ ਆਤਮ ਘਾਤੀ ਬਣ ਜਾਂਦੇ ਹਾਂ, ਆਤਮਾ ਦਾ ਘਾਤ ਕਰ ਬੈਠਦੇ ਹਾਂ, ਕਿਉਂਕਿ ਆਤਮਾ ਨੂੰ ਖੁਰਾਕ ਨਹੀਂ ਮਿਲੀ, ਆਤਮਾ ਮੁਰਦਾ ਹੋ ਗਈ। ਆਤਮਕ ਪੱਖੋਂ ਅਸੀਂ ਮੁਰਦੇ ਹੋ ਜਾਂਦੇ ਹਾਂ। ਇਹਦੀ ਕਈ ਵਾਰ ਮਹਾਰਾਜ ਬੜਾ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਵੱਡੇ ਮਹਾਰਾਜ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ, ਦ੍ਰਿਸ਼ਟਾਂਤ ਦਿਆ ਕਰਦੇ। ਕਲਗੀਧਰ ਪਾਤਸ਼ਾਹ ਧਿਆਨ ਦੇਣਾ ਸਾਖੀ ਸੁਣਾਇਆ ਕਰਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।
ਸ਼੍ਰੀ ਅਨੰਦਪੁਰ ਸਾਹਿਬ ਜੋਤ ਜਗਾਉਂਦੇ ਨੇ, ਅਜੇ ਸੋਹਣਾ ਦਰਬਾਰ ਸਜਿਆ ਸਤਿਗੁਰਾਂ ਦਾ, ਕੀਮਤੀ ਸ਼ਮਿਆਨੇ ਲੱਗੇ ਨੇ, ਚੰਦੋਏ ਤਾਣੇ ਨੇ, ਹਜ਼ਾਰਾਂ ਸੰਗਤਾਂ ਹਜ਼ੂਰੀ ਵਿੱਚ ਬੈਠੀਆਂ ਹਨ, ਨੇਤਰਾਂ ਦੁਆਰਾ ਮਨੋਂ ਦਰਸ਼ਨ ਕਰਕੇ ਅੰਮ੍ਰਿਤ ਪੀ ਰਹੀਆਂ ਹਨ। ਇਸ ਤਰ੍ਹਾਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਦੇਖਦੀਆਂ ਨੇ, ਗਰਦਨ ਭਾਵੇਂ ਮੁੜਕ ਜਾਵੇ ਦੀਦਾਰ ਕਰਨੋਂ ਨਹੀਂ ਹਟਦੀਆਂ। ਇਸੇ ਤਰ੍ਹਾਂ ਚਕੋਰਾਂ ਦੀ ਤਰ੍ਹਾਂ ਸੰਗਤਾਂ ਵੀ, ਗੁਰੂ ਮਹਾਰਾਜ ਮਨ ਨੂੰ ਚੰਦਰਮਾ ਵੱਤਾ ਚਿਹਰਾ, ਸੰਗਤਾਂ ਚਕੋਰਾਂ ਦੀ ਤਰ੍ਹਾਂ ਦਰਸ਼ਨ ਕਰਕੇ ਨੇਤਰਾਂ ਦੁਆਰਾ ਅੰਮ੍ਰਿਤ ਪੀ ਰਹੀਆਂ ਹਨ। ਇਸ ਤਰ੍ਹਾਂ ਦਾ ਇੱਕ ਬਹੁਤ ਸੁਹਾਵਣਾ ਮਾਹੌਲ ਬਣਿਆ ਹੈ, ਕਿਉਂਕਿ ਗੁਰੂ ਦੇ ਚਰਨਾਂ ਵਿੱਚ ਤਾਂ ਸਦਾ ਹੀ ਸੁਹਾਵਣਾ ਹੈ। ਹੁਣ ਬੈਠੇ ਹਾਂ ਗੁਰੂ ਚਰਨਾਂ ਵਿੱਚ, ਇਹੋ ਜਿਹਾ ਮਾਹੌਲ ਬਣਿਆ, ਆਨੰਦਮਈ ਅਨੁਭਵ ਕਰੋ ਨਾ। ਘਰਾਂ ਵਿੱਚ ਇਹ ਮਾਹੌਲ ਤਾਂ ਨਹੀਂ ਨਾ ਮਿਲਣਾ, ਹੋਰ ਇਕੱਠਾਂ ਵਿੱਚ ਨਹੀਂ ਮਿਲਣਾ ਇਹ ਮਾਹੌਲ। ਖਪਖਾਨਾ ਤਾਂ ਜ਼ਰੂਰ ਹੋਏਗਾ, ਰੌਲੇ ਗੌਲੇ ਜ਼ਰੂਰ ਹੋਣਗੇ, ਇਕੱਠ ਬਥੇਰਾ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਪਰ ਜੋ ਵਸਤੂ ਇੱਥੇ ਮਿਲਣੀ ਹੈ ਉਹ ਉੱਥੇ ਨਹੀਂ ਮਿਲਣੀ। ਇਹ ਦੁਕਾਨ ਇੱਕ ਅਲੌਕਿਕ ਦੁਕਾਨ ਹੈ ਗੁਰੂ ਨਾਨਕ ਦੀ। ਇੱਥੇ ਨਾਮ ਦਾ ਹੀ ਸੌਦਾ ਕੀਤਾ ਜਾਂਦਾ, ਨਾਮ ਦੇ ਹੀ ਵਣਜਾਰੇ ਹਨ ਇੱਥੇ। ਨਾਮ ਜਪੋ, ਨਾਮੇ ਆਰਾਧੋ, ਨਾਮੇ ਹੀ ਗਤ ਪਾਵੋ, ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ। ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਧਮਾਲ। ਇੱਥੇ ਸੌਦਾ ਕਰਨ ਆਏ ਆਪਾਂ ਕੁਛ, ਗੁਰੂ ਨਾਨਕ ਦੀ ਦੁਕਾਨ 'ਤੇ ਬੈਠੇ ਹਾਂ। ਪਹਿਲਾਂ ਤਾਂ ਵੱਡੇ ਭਾਗ ਇਹ ਮੰਨੋ, ਪੜ੍ਹ ਲਓ ਸਾਰੇ। ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ, ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ, ਹੱਟ ਖੁੱਲ੍ਹ ਗਈ ਬਾਬੇ ਨਾਨਕ ਜੀ, ਹੱਟ ਖੁੱਲ੍ਹ ਗਈ ਬਾਬੇ ਨਾਨਕ ਜੀ, ਲਾਹ ਲੈ ਲੋ ਪਾਗਾਂ ਵਾਲਿਓ, ਹੱਟ ਖੁੱਲ੍ਹ ਗਈ ਬਾਬੇ ਨਾਨਕ ਜੀ, ਹੱਟ ਖੁੱਲ੍ਹ ਗਈ ਬਾਬੇ ਨਾਨਕ ਜੀ, ਦਾ ਵਚਨ ਹੈ ਇਹ। ਬਾਣੀਆਂ ਕਹਿੰਦੇ ਨੇ ਦੁਕਾਨਦਾਰ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਹੈ ਹੇ ਪਰਮੇਸ਼ੁਰ, ਹੇ ਵਾਹਿਗੁਰੂ, ਮੈਂ ਤੇਰਾ ਦੁਕਾਨਦਾਰ ਹਾਂ। ਪਰਮੇਸ਼ੁਰ ਨੇ ਪੁੱਛਿਆ, ਹੇ ਨਾਨਕ, ਇਹ ਦੁਕਾਨ ਵਿੱਚ ਤੂੰ ਰੱਖਿਆ ਕੀ ਹੈ? ਕਿਹੜੀ ਇਹੋ ਜਿਹੀ ਵਸਤੂ ਹੈ ਜਿਹਨੂੰ ਲੋਕ ਬੜੇ ਕਾਹਲੀ ਨਾਲ ਲੈਣ ਆਉਂਦੇ ਹਨ?
ਮਹਾਰਾਜ ਨੇ ਵਚਨ ਕੀਤਾ, ਤੂੰ ਸਾਹਿਬ ਮੈਂ ਰਾਤ ਤੈਨੂੰ ਤੇਰੇ ਨਾਮ ਨੂੰ ਦਿੰਦਾ ਹਾਂ, ਮੈਂ ਤੇਰੇ ਨਾਮ ਦੀ ਵੱਟੀ ਖੱਟੀ ਵੱਟੀ ਇੱਥੇ ਕਰਨ ਆਉਂਦੇ ਹਨ ਜਿਹੜੇ ਭਾਗਾਂ ਵਾਲੇ ਨੇ, ਜਿਨ੍ਹਾਂ ਨੂੰ ਪਤਾ ਹੈ ਨਾਨਕ ਕਹਿ ਕਰ ਕੇਵਲ ਨਾਮ, ਨਾਨਕ ਦੇ ਕਰ ਕੇਵਲ ਨਾਮ ਦਾ ਹੀ ਵਪਾਰ ਹੈ। ਇਸ ਕਰਕੇ ਸੋਹਣਾ ਦਰਬਾਰ ਮਹਾਰਾਜ ਦਾ ਸਜਿਆ ਹੈ ਅਤੇ ਸੰਗਤਾਂ ਹਜ਼ੂਰੀ ਵਿੱਚ ਬੈਠੀਆਂ ਨੇ ਅਤੇ ਗਰਮੀ ਦਾ ਮਹੀਨਾ ਸੀ, ਮਹਾਰਾਜ ਨੂੰ ਪਿਆਸ ਲੱਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਪਿਆਸ ਲੱਗੀ ਅਤੇ ਪਾਣੀ ਮੰਗਿਆ, ਭਾਈ ਜਲ ਛਕਾ ਦਿਓ ਕੁਦਰਤੀ ਸੇਵਾਦਾਰ ਕੋਲ। ਇਹ ਤਾਂ ਇੱਕ ਕੌਤਕ ਨੇ ਗੁਰੂ ਦੇ, ਵੈਸੇ ਤਾਂ ਸੇਵਾਦਾਰ ਹਮੇਸ਼ਾ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਰਹਿੰਦੇ ਸਨ। ਉਹ ਆਪੇ ਵਿਧ ਬਣਾਉਣ ਵਾਲੇ ਨੇ ਨਾ ਮਹਾਰਾਜ ਜੀ, ਕੋਈ ਸਾਖੀ ਵੀ ਬਣਾਉਣੀ ਸੀ, ਕੋਈ ਸਿੱਖਿਆ ਵੀ ਦੇਣੀ ਸੀ ਨਾ ਸਾਨੂੰ, ਸੇਵਾਦਾਰ ਨੇੜੇ ਨਹੀਂ ਕੋਈ। ਅਤੇ ਇੱਕ ਨੌਜਵਾਨ ਲੜਕੇ ਨੇ ਸੁਣਿਆ ਵੀ ਮਹਾਰਾਜ ਜੀ ਜਲ ਮੰਗਦੇ ਨੇ, ਪਾਣੀ ਮੰਗਦੇ ਨੇ, ਪਿਆਸ ਲੱਗੀ ਹੈ ਮਹਾਰਾਜ ਜੀ ਨੂੰ। ਅਤੇ ਉਹ ਜਲ ਦੀ ਦੇ ਨੇ ਉੱਠਿਆ, ਹੱਥ ਧੋਤੇ ਉਹਨੇ, ਇੱਕ ਜਲ ਦਾ ਕਟੋਰਾ ਭਰਿਆ ਅਤੇ ਮਹਾਰਾਜ ਦੇ ਸਨਮੁੱਖ ਆ ਕੇ ਖੜ੍ਹ ਗਿਆ। ਸੱਚੇ ਪਾਤਸ਼ਾਹ ਬੜੇ ਧਿਆਨ ਨਾਲ ਦੇਖ ਰਹੇ ਨੇ ਉਹ ਬੱਚੇ ਨੂੰ, ਸਿਰ ਤੋਂ ਲੈ ਕੇ ਪੈਰਾਂ ਤੱਕ ਨਿਗਾਹ ਮਾਰੀ, ਫਿਰ ਪੁੱਛਣ ਲੱਗ ਗਏ, ਬੇਟਾ ਹੱਥ ਤੇਰੇ ਬੜੇ ਕੋਮਲ ਲੱਗਦੇ ਹਨ, ਕੀ ਕਦੇ ਇਹਨਾਂ ਨਾਲ ਕਦੇ ਸੰਗਤ ਦੀ ਸੇਵਾ ਕੀਤੀ ਹੈ? ਕਹਿੰਦਾ ਨਹੀਂ ਮਹਾਰਾਜ ਜੀ, ਅੱਜ ਪਹਿਲਾ ਦਿਨ ਹੈ, ਤੁਹਾਨੂੰ ਜਲ ਦਾ ਕਟੋਰਾ ਭਰ ਕੇ ਲਿਆ ਕੇ ਦਿੱਤਾ ਨਹੀਂ, ਨੌਕਰ ਚਾਕਰ ਬੜੇ ਹਨ, ਲੋੜ ਹੀ ਨਹੀਂ ਹੈ। ਮਹਾਰਾਜ ਜੀ ਕਹਿੰਦੇ ਕਦੇ ਹੱਥਾਂ ਨਾਲ ਤੱਪੜ ਝਾੜੇ ਹੋਣ ਨਾ ਮਹਾਰਾਜ ਜੀ, ਕਦੇ ਭਾਂਡੇ ਮਾਂਜੇ ਹੋਣ ਗੁਰੂ ਕੇ ਲੰਗਰ ਦੇ ਨਾ ਮਹਾਰਾਜ ਜੀ, ਕਦੇ ਜੋੜੇ ਝਾੜੇ ਹੋਣ ਨਹੀਂ ਮਹਾਰਾਜ ਜੀ, ਕਦੇ ਪੱਖਾ ਚਲਾ ਸੰਗਤ ਨੂੰ ਝੱਲਿਆ ਹੋਵੇ ਨਹੀਂ ਮਹਾਰਾਜ ਜੀ। ਮਹਾਰਾਜ ਜੀ ਕਹਿੰਦੇ ਉੱਕਾ ਹੀ ਕੋਰਾ ਹੈ ਤੂੰ ਤਾਂ ਬਈ। ਮਹਾਰਾਜ ਜੀ ਨੇ ਸਾਧ ਸੰਗਤ ਉਹ ਕਟੋਰਾ ਪਾਣੀ ਦਾ ਭਰਿਆ ਹੀ ਸਿੱਟ ਦਿੱਤਾ ਧਰਤੀ 'ਤੇ, ਪੀਤਾ ਨਹੀਂ ਪਾਣੀ। ਹੈਰਾਨ ਹੋ ਗਈ ਸੰਗਤ, ਬਈ ਪਾਣੀ ਮੰਗਾਇਆ ਸੀ ਅਤੇ ਪੀਤਾ ਨਹੀਂ, ਪਤਾ ਨਹੀਂ ਕਿੰਨੇ ਕੁ ਔਗਣ ਹਨ ਇਹ ਬੱਚੇ ਦੇ ਵਿੱਚ। ਪਰ ਜਿਹੜੀ ਦੂਰ ਸੰਗਤ ਬੈਠੀ ਸੀ, ਕੀਰਤਨ ਹੁੰਦਾ ਸੀ ਬਾਣੀ ਦਾ, ਉਹਨਾਂ ਨੂੰ ਸ਼ੰਕਾ ਜ਼ਰੂਰ ਹੋਇਆ ਵੀ ਮਹਾਰਾਜ ਨੇ ਪਾਣੀ ਮੰਗਾਇਆ ਸੀ ਪਰ ਪੀਤਾ ਨਹੀਂ, ਪਰ ਸਮਝ ਨਹੀਂ ਆਈ ਵੀ ਕਾਰਨ ਕੀ ਹੈ। ਹੁਣ ਇਹ ਸੰਸਾ ਕੱਢਣਾ ਗੁਰੂ ਦਾ ਕੰਮ ਹੈ, ਭਾਰੋਂ ਭੁਲੇਖਾ, ਭੁਲੇਖਾ ਕੱਢਣ ਵਾਸਤੇ ਮਹਾਰਾਜ ਜੀ ਨੇ ਕੀਰਤਨ ਬੰਦ ਕਰਾ ਦਿੱਤਾ। ਅਤੇ ਮਹਾਰਾਜ ਜੀ ਵਚਨ ਕਰਦੇ ਨੇ, ਸਾਧ ਸੰਗਤ ਤੁਹਾਨੂੰ ਇਹ ਸ਼ੰਕਾ ਹੋਈ ਹੈ ਵੀ ਅਸੀਂ ਜਲ ਛਕ ਮੰਗਿਆ ਅਤੇ ਪੀਤਾ ਨਹੀਂ, ਮੰਗਾਇਆ ਅਤੇ ਪੀਤਾ ਨਹੀਂ, ਹਾਂ ਮਹਾਰਾਜ ਜੀ। ਮਹਾਰਾਜ ਜੀ ਕਹਿੰਦੇ ਤੁਸੀਂ ਦੱਸੋ ਪਹਿਲਾਂ, ਜਦੋਂ ਤੁਸੀਂ ਮੁਰਦੇ ਨਾਲ ਜਾਂਦੇ ਹੋ, ਮਜਲਿਸ ਜਾਂਦੇ ਹੋ, ਫਿਰ ਆ ਕੇ ਤੁਸੀਂ ਅੰਨ ਜਲ ਛਕ ਲੈਂਦੇ ਹੋ? ਮਹਾਰਾਜ ਜੀ ਨਹੀਂ, ਕੀ ਕਰਦੇ ਹੋ ਫਿਰ? ਜਾਂ ਤਾਂ ਮਹਾਰਾਜ ਜੀ ਪੰਜ ਇਸ਼ਨਾਨਾਂ ਕਰਦੇ ਹਾਂ, ਜਾਂ ਫਿਰ ਇਸ਼ਨਾਨ ਕੀਤੇ ਬਿਨਾਂ ਜਾਣੀ ਕਦੇ ਵੀ ਮੂੰਹ 'ਤੇ ਕੁਛ ਧਰਦੇ ਨਹੀਂ ਅਸੀਂ। ਮਹਾਰਾਜ ਜੀ ਕਹਿੰਦੇ ਇਹ ਕਿਉਂ? ਮਹਾਰਾਜ ਜੀ ਮੁਰਦੇ ਨਾਲ ਜਾਣ ਕਰਕੇ ਸਰੀਰ ਅਪਵਿੱਤਰ ਹੋ ਗਿਆ। ਮਹਾਰਾਜ ਜੀ ਕਹਿੰਦੇ ਕੇਵਲ ਜਾਣ ਨਾਲ ਜੇ ਅਪਵਿੱਤਰ ਹੋ ਗਿਆ ਤਾਂ ਫਿਰ ਮੁਰਦੇ ਦੇ ਹੱਥ ਦਾ ਪਾਣੀ ਮੈਂ ਕਿਵੇਂ ਪੀ ਲਾਂ ਬਈ? ਹੈਰਾਨ ਹੋ ਗਏ, ਮਹਾਰਾਜ ਜੀ ਇਹ ਮੁਰਦਾ ਥੋੜ੍ਹੀ ਹੈ, ਇਹ ਤਾਂ ਕਰੋੜਾਂ ਨਹੀਂ ਅਰਬਾਂ ਪਤੀ ਪਿਤਾ ਦਾ ਇਕਲੌਤਾ ਹੀ ਬੜਾ ਲਾਡਲਾ ਪੁੱਤਰ ਹੈ ਮਹਾਰਾਜ ਜੀ, ਇਹਨੂੰ ਤੁਸੀਂ ਮੁਰਦਾ ਦੱਸਦੇ ਹੋ? ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਦਾ ਵਚਨ ਭੁੱਲ ਗਿਆ ਤੁਹਾਨੂੰ?
ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕੀ ਵਚਨ ਕਰਦੇ ਹਨ ਅਤੇ ਮਹਾਰਾਜ ਜੀ ਕਿਰਪਾ ਕਰੋ। ਉੱਥੇ ਫਿਰ ਮਹਾਰਾਜ ਜੀ ਨੇ ਜੋ ਬਚਨ ਉਚਾਰਨ ਕੀਤਾ ਸੀ ਉਹ ਉਚਾਰਨ ਕੀਤਾ ਹੈ। ਉੱਥੇ ਦੱਸਦੇ ਹਨ ਮਹਾਰਾਜ ਜੀ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਜੋ ਪ੍ਰੀਤ ਨਹੀਂ ਭਗਵੰਤ। ਅਤਿ ਸੁੰਦਰ ਸਰੀਰ ਕਰਕੇ ਬੜਾ ਸੁੰਦਰ ਹੈ। ਵੈਸੇ ਸਰੀਰ ਕਰਕੇ ਸੁੰਦਰ ਨੂੰ ਗੁਰਮਤਿ ਨੇ ਸੁੰਦਰ ਨਹੀਂ ਮੰਨਿਆ। ਦੇਖਣ ਨੂੰ ਦੁਨੀਆ ਭਾਣੇ ਬੜਾ ਸੁੰਦਰ ਬੰਦਾ ਹੋ ਸਕਦਾ ਹੈ, ਪਰ ਮਹਾਰਾਜ ਜੀ ਕਹਿੰਦੇ ਸੁੰਦਰ ਉਹ ਨੇ ਜੋ ਗੁਰੂ ਦੇ ਚਰਨਾਂ ਵਿੱਚ ਬੈਠਦੇ ਨੇ ਆ ਕੇ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਉਹ ਸੁੰਦਰ ਹਨ। ਉਹ ਸੁੰਦਰ ਵੀ ਕੋਝੇ ਹਨ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਉਹਨਾਂ ਦੇ ਮੁੱਖ ਡਰਾਉਣੇ ਹਨ, ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਇੱਥੇ ਦੁੱਖ ਨੇ ਅਤੇ ਉਹ ਜਾਣੀ ਸਰੀਰ ਕੋਝੇ ਨੇ, ਮੁੱਖ ਉਹਨਾਂ ਦਾ ਚੰਗਾ ਨਹੀਂ ਲੱਗਦਾ। ਹਾਂ, ਦੁਨੀਆ ਨੂੰ ਚੰਗਾ ਜ਼ਰੂਰ ਲੱਗਦਾ ਹੋਊਗਾ। ਗੁਰੂ ਮਹਾਰਾਜ ਜੀ ਕਹਿੰਦੇ ਸਾਡੀ ਨਿਗਾਹ ਵਿੱਚ ਉਹ ਚੰਗੇ ਨਹੀਂ ਹਨ। ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਮੁੱਖ ਸੌਂਦਾ ਨਹੀਂ ਹਰ ਕੇ ਨਾਮ ਬਿਨਾ, ਮੁੱਖ ਸੌਂਦਾ ਨਹੀਂ ਹਰ ਕੇ ਨਾਮ ਬਿਨਾ, ਮੁੱਖ ਸੌਂਦਾ ਨਹੀਂ ਹਰ ਕੇ ਨਾਮ ਬਿਨਾ, ਮੁੱਖ ਸੌਂਦਾ ਨਹੀਂ ਹਰ ਕੇ ਨਾਮ।
ਕੁਲੀਨ ਚੰਗੀ ਕੁਲ ਵਿੱਚ ਵੀ ਪੈਦਾ ਹੋ ਗਿਆ। ਅਤ ਸੁੰਦਰ ਕੁਲੀਨ ਚਤੁਰ ਵੀ ਬੜਾ ਹੈ, ਗੱਲਾਂ ਬਾਤਾਂ ਨੂੰ ਹੱਥਾਂ 'ਤੇ ਸਰੋਂ ਜਮਾਉਂਦਾ ਹੈ। ਮੁੱਖ ਗਿਆਨੀ ਮੁੱਖ ਖੱਖੇ ਨੂੰ ਸਿਹਾਰੀ ਹੈ, ਮੁਖੀ ਹੈ। ਗਿਆਨੀ ਦਾ ਮਤਲਬ ਵਾਚਕ ਗਿਆਨੀ ਹੈ, ਵਰਮ ਗਿਆਨੀ ਨਹੀਂ। ਧਨਵੰਤ ਮਾਇਆ ਵੀ ਪਾਸ ਬੜੀ ਹੈ, ਛੇ ਗੁਣ ਇੱਕ ਬੰਦੇ 'ਚ ਹੋ ਸਕਦੇ ਨੇ, ਕੋਈ ਵੱਡੀ ਗੱਲ ਨਹੀਂ। ਪਰ ਮਹਾਰਾਜ ਜੀ ਇਹ ਛੇ ਗੁਣਾਂ ਦੇ ਮਹਾਰਾਜ ਜੀ ਕਹਿੰਦੇ ਹੋਣ ਦੇ ਬਾਵਜੂਦ ਸਾਡੀ ਨਿਗਾਹ ਵਿੱਚ ਮ੍ਰਿਤਕ ਕਹੀ ਹੈ ਨਾਨਕਾ। ਉਹ ਮ੍ਰਿਤਕ ਹੈ, ਉਹਦਾ ਦਰਜਾ ਮੁਰਦਿਆਂ ਵਿੱਚ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਬਦ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਮ੍ਰਿਤਕ ਕਹੀ ਹੈ ਨਾਨਕਾ, ਜੋ ਪ੍ਰੀਤ ਨਹੀਂ ਭਗਵੰਤ। ਪ੍ਰਭੂ ਨਾਲ ਪ੍ਰੀਤ ਨਹੀਂ, ਗੁਰੂ ਨਾਲ ਪ੍ਰੀਤ ਨਹੀਂ, ਉਹ ਮੁਰਦਿਆਂ ਵਿੱਚ ਹੈ, ਉਹ ਮਰੇ ਹੋਏ ਬੰਦੇ ਹਨ। ਇਹਦਾ ਮਤਲਬ ਮਰੇ ਹੋਏ ਬੰਦੇ ਹੈ, ਇਹਦਾ ਮਤਲਬ ਰੂਹ ਦੀ ਖੁਰਾਕ ਨਹੀਂ ਦਿੱਤੀ ਉਹਨਾਂ ਨੇ। ਸਰੀਰ ਦੀ ਖੁਰਾਕ ਦਿੱਤੀ ਜ਼ਰੂਰ, ਸਰੀਰ ਦਾ ਧਿਆਨ ਜ਼ਰੂਰ ਰੱਖਿਆ, ਪਰ ਜੇ ਰੂਹ ਦੀ ਖੁਰਾਕ ਨਹੀਂ ਮਿਲੀ ਤਾਂ ਫਿਰ ਮਹਾਰਾਜ ਦਾ ਵਚਨ ਹੈ ਵੀ ਉਹ ਭਾਈ ਜਿਹੜੇ ਰੂਹਾਨੀਅਤ ਵੱਲੋਂ ਮਰ ਚੁੱਕੇ ਨੇ ਅਤੇ ਉਹਨਾਂ ਦਾ ਜਿਹੜਾ ਹੈ ਜੀਵਨ ਪਸ਼ੂਆਂ ਤੋਂ ਵੀ ਬਦਤਰ ਹੈ। ਪਸ਼ੂ ਉਦੋਂ ਚੰਗੇ ਹਨ ਕਿ ਪਸ਼ੂਆਂ ਨੂੰ ਵਡਿਆਈ ਦਿੱਤੀ ਹੈ ਮਹਾਰਾਜ ਜੀ ਨੇ। ਪਸ਼ੂ ਮਿਲੇ ਚੰਗਿਆਈਆਂ, ਖੜਖਾਵੈ ਅੰਮ੍ਰਿਤ ਦੇ। ਚੰਗੇ ਨੇ ਭਾਈ, ਘਾਹ ਪੱਠਾ ਖਾ ਕੇ ਦੁੱਧ ਰੂਪੀ ਅੰਮ੍ਰਿਤ ਦਿੰਦੇ ਨੇ, ਪਰ ਨਾਮ ਵਿਹੂਣੇ ਆਦਮੀ ਧਿਰਗ ਜੀਵਨ ਕਰਮ ਕਰੇ। ਨਾਮ ਤੋਂ ਵਿਹੂਣੇ ਆਦਮੀ ਧਿਰਘਾਰ ਜੋ ਜੀਵਨ ਹੈ ਉਹਨਾਂ ਦਾ, ਧਿਰਘਾਰ ਜੋ ਕਰਮ ਹਨ ਉਹਨਾਂ ਦੇ, ਅਤੇ ਉਹ ਪਸ਼ੂਆਂ ਤੋਂ ਵੀ ਭੈੜੇ ਨੇ। ਪਸ਼ੂ ਚੰਗੇ ਹਨ, ਪਸ਼ੂਆਂ ਤੋਂ ਵੀ ਗਿਰੇ ਹੋਏ ਲੋਕ ਹਨ, ਉਹ ਹੈਵਾਨੀਅਤ ਵਿੱਚ ਹੈਵਾਨੀਅਤ ਤੋਂ ਵੀ ਗਿਰ ਚੁੱਕੇ ਨੇ ਉਹ। ਅਤੇ ਇਸ ਕਰਕੇ ਜੇ ਵਾਹਿਗੁਰੂ ਨੇ ਮਨੁੱਖਾਂ ਦੇ ਦਿੱਤੀ ਹੈ, ਪਰ ਮਹਾਰਾਜ ਜੀ ਕਹਿੰਦੇ ਹੈ ਦੁਰਲੱਭ, ਦੁਰਲੱਭ ਦੇਹ ਪਾਈ ਵੱਡ ਭਾਗੀ। ਨਾਮ ਨਾ ਜਪੈ ਤਾਂ ਆਤਮ ਘਾਤੀ, ਤੂੰ ਆਤਮ ਘਾਤੀ ਨਾ ਵਰਨਾ। ਜੇ ਨਾਮ ਨਹੀਂ ਜਪੇਗਾ ਆਤਮ ਘਾਤੀ ਹੋ ਗਿਆ, ਆਤਮਾ ਕਰਕੇ ਮੁਰਦਾ ਹੋ ਗਿਆ ਤੂੰ। ਮਰ ਕੀ ਨਾ ਜਾਹੀ, ਇਦੋਂ ਤਾਂ ਮਰ ਜਾਣਾ ਚੰਗਾ ਸੀ। ਕਬੀਰ ਸਾਹਿਬ ਜੀ ਦਾ ਵੀ ਇੱਕ ਬਚਨ ਆਉਂਦਾ ਨਾ, ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾਵੇ, ਕਾਨੂੰ ਜੰਮਣਾ, ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾਵੇ, ਕਾਨੂੰ ਜੰਮਣਾ, ਕਾਨੂੰ
ਇਹ ਨਰ ਰਾਮ ਭਗਤ ਨਹਿ ਸਾਜੀ, ਇਹ ਨਰ ਰਾਮ ਭਗਤ ਨਹਿ ਸਾਜੀ, ਇਹ ਨਰ ਕਰਦੇ ਨੇ ਕਬੀਰ ਸਾਹਿਬ ਜੀ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਜਿਹੜੀ ਕੁਲ ਵਿੱਚ ਗਿਆਨ ਵਾਲਾ ਪੈਦਾ ਨਹੀਂ ਹੋਇਆ ਬੱਚਾ, ਵਿਧਵਾ ਕਸਨਾ ਭਈ ਮਹਿਤਾਰੀ, ਉਹ ਮਾਤਾ ਨੂੰ ਵਿਧਵਾ ਹੋ ਜਾਣਾ ਚਾਹੀਦਾ। ਤੁਲਸੀ ਜੀ ਲਿਖਦੇ ਹਨ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਥੂਰ, ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ, ਜੇ ਕੁਲ ਪੂਤ ਨਾ ਗਿਆਨ ਵਿਚਾਰੀ। ਗਿਆਨ ਵਿਚਾਰ ਵਾਲਾ ਜੇ ਪੈਦਾ ਨਹੀਂ ਕੀਤਾ ਪੁੱਤਰ, ਨਰਕਾਂ ਦਾ ਕੀੜਾ ਹੀ ਪੈਦਾ ਕੀਤਾ, ਉਹਦੇ ਨਾਲੋਂ ਵਿਧਵਾ ਹੋ ਜਾਂਦੀ। ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਵੀ ਵਚਨ ਹੈ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਵਾਂਝਾ। ਉਹ ਮਾਤਾ ਵਾਂਝ ਹੋ ਜਾਵੇ ਜੇ ਰੱਬ ਦਾ ਪਿਆਰਾ ਨਹੀਂ ਪੈਦਾ ਕੀਤਾ। ਇੱਥੇ ਕਈ ਵਾਰ ਸ਼ੰਕਾ ਹੁੰਦੀ ਹੈ ਕਿ ਮਾਤਾ ਦੇ ਵੀ ਕੀ ਅਖਤਿਆਰ ਹੈ ਜੀ, ਪਰ ਜੇ ਅਖਤਿਆਰ ਹੈ ਤਾਂ ਉਪਦੇਸ਼ ਹੈ ਨਾ। ਮਾਤਾ ਨੂੰ ਉਪਦੇਸ਼ ਤਦ ਹੀ ਹੈ, ਇਹਦਾ ਮਤਲਬ ਉਹਦੇ ਅਖਤਿਆਰ ਹੈ ਕੁਛ। ਮਹਾਰਾਜ ਜੀ ਸਮਝਾਇਆ ਕਰਦੇ, ਜਦੋਂ ਬੱਚੇ ਨੇ ਜਨਮ ਲੈਣਾ ਹੁੰਦਾ ਨਾ ਸਤਸੰਗ ਕੋਲੋਂ, ਹੂਬ ਹੂ 100% ਮਾਤਾ ਦੇ ਖਿਆਲਾਂ ਦਾ ਅਸਰ ਉਹ ਬੱਚੇ ਦੇ ਉੱਪਰ ਪੈਂਦਾ। ਜੇ ਮਾਤਾ ਧਾਰਮਿਕ ਖਿਆਲਾਂ ਵਾਲੀ ਹੈ, ਪੁੰਨ ਦਾਨ ਸੇਵਾ ਸਿਮਰਨ ਕਰਦੀ ਹੈ, ਬੱਚਾ ਵੀ ਉਹੋ ਜਿਹਾ ਹੀ ਪੈਦਾ ਹੋਵੇਗਾ, ਨਾਮ ਜਪਣ ਵਾਲਾ ਗੁਰਮੁਖ ਪੈਦਾ ਹੋਵੇਗਾ। ਜੇ ਮਾਤਾ ਨੇ ਸੀਰੀਅਲ ਹੀ ਦੇਖਣੇ ਨੇ, ਬੀਬੀ ਤਾਂ ਇੱਕ ਮਿੰਟ ਨਹੀਂ ਸਾਰਦੀ ਸੀਰੀਅਲ ਬਿਨਾਂ, ਫਿਰ ਬੱਚੇ ਉਹੋ ਜਿਹੇ ਪੈਦਾ ਹੋਣੇ, ਐਕਟਰ ਹੋ ਕੇ ਆਉਣਾ। ਹੋ ਹੋ ਜਦ ਅਸਰ ਬਾਣੀ ਕਹਿੰਦੀ ਹੈ ਇਹ, ਕੋਈ ਮਨ ਮਤ ਕੋਈ ਮਨ ਘੱਟ ਗੱਲ ਨਹੀਂ ਹੈ। ਸਾਧ ਸੰਗਤ ਕਬੀਰ ਸਾਹਿਬ ਜੀ ਕਹਿੰਦੇ, ਵਿਧਵਾ ਹੋ ਜਾਣਾ ਚਾਹੀਦਾ ਸੀ ਉਹ ਮਾਂ ਨੂੰ, ਵਿਧਵਾ ਕਸਨਾ ਭਈ ਮਹਿਤਾਰੀ, ਪੜ੍ਹ ਲਓ ਸਾਰੇ। ਜੇ ਤੂੰ ਪੁੱਤਰ ਭਗਤ ਨੀਤੀ ਜਮਣਾ ਵਿਧਵਾ ਹੋ ਜਾਂਦੀ, ਜੇ ਤੈ ਪੁੱਤਰ ਭਗਤ ਨੀਤੀ ਜਮਣਾ ਵਿਧਵਾ ਹੋ ਜਾਂਦੀ, ਹੋ ਜਾਂਦੀ।
ਬਚਨ ਜੇ ਲਿਖੇ ਨੇ ਤਾਂ ਫਿਰ ਮਾਤਾ ਨੂੰ ਧੰਨ ਵੀ ਕਹਿ। ਧੰਨ ਜੁਨੇਂਦੀ ਮਾਓ ਆਏ ਸਫਲ ਸੇ, ਧੰਨ ਜਾਨਣੀ ਜਨ ਜਾਇਆ ਧੰਨ ਪਿਤਾ ਪ੍ਰਧਾਨ। ਸੋ ਇਹ ਹੈ ਇਹ ਪੱਖ ਵੀ ਗੁਰਬਾਣੀ ਮਾਤਾ ਨੂੰ ਵੀ ਇੱਕ ਸੁਨੇਹਾ ਦਿੰਦੀ ਹੈ, ਇੱਕ ਜਾਗਰੂਕ ਕਰਦੀ ਹੈ ਵੀ ਮਾਤਾ ਤੇਰਾ ਕੋਈ ਫਰਜ਼ ਹੈ। ਕਦੀ ਕਈ ਵਾਰ ਫਿਰ ਬੇਨਤੀ ਕਰੀਦੀ ਹੈ ਮਾਤਾਵਾਂ ਨੂੰ ਵੀ ਜਿਨ੍ਹਾਂ ਦੇ ਬੱਚੇ ਗੋਦ ਵਿੱਚ ਹਨ ਤੁਹਾਡੇ ਲਾਲ, ਅਤੇ ਇਹਨਾਂ ਨੂੰ ਤੁਸੀਂ ਗੁਰਮਤਿ ਦੀ ਗੁੜ੍ਹਤੀ ਦੇਣੀ, ਇਹਨਾਂ ਨੂੰ ਤੁਸੀਂ ਹੌਲੀ ਹੌਲੀ ਬਾਣੀ ਦਾ ਅਸਰ, ਕਦੇ ਬਾਣੀ ਪੜ੍ਹਨੀ, ਕਦੇ ਮੂਲ ਮੰਤਰ ਜਪਾਉਣਾ, ਕਦੇ ਵਾਹਿਗੁਰੂ ਮੰਤਰ ਜਪਾਉਣਾ, ਕਦੇ ਸਾਹਿਬਜ਼ਾਦਿਆਂ ਦੀਆਂ ਜੀਵਨੀਆਂ, ਕਦੇ ਭਗਤਾਂ ਦੀਆਂ ਜੀਵਨੀਆਂ ਸੁਣਾਉਂਦੇ ਸੁਣਾਉਂਦੇ 15-14 ਸਾਲ ਤੱਕ ਉਹਦੇ 'ਤੇ ਐਸਾ ਅਸਰ ਹੋ ਜਾਵੇਗਾ ਸਾਧ ਸੰਗਤ, ਉਹਦਾ ਮਨ ਬਣ ਜਾਏਗਾ ਵੀ ਮੈਂ ਗੁਰੂ ਵਾਲਾ ਬਣ ਜਾ, ਹੁਣ ਮੈਂ ਅੰਮ੍ਰਿਤ ਛਕ ਲਵਾਂ। ਮਾਤਾ ਦਾ ਫਰਜ਼ ਹੈ ਉਹਨੂੰ ਅੰਮ੍ਰਿਤ ਵਾਸਤੇ ਤਿਆਰ ਕਰਨਾ, ਜੇ ਉਹ ਨਹੀਂ ਕਰ ਸਕੀ ਇਹਦਾ ਮਤਲਬ ਉਹਦੀ ਕੁਤਾਹੀ ਹੈ, ਉਹਦੀ ਇੱਕ ਬਹੁਤ ਵੱਡੀ ਭੁੱਲ ਹੈ ਜੀਵਨ ਦੇ ਵਿੱਚ, ਉਹਦਾ ਵੱਡਾ ਭਾਰੀ ਦੋਸ਼ ਮੰਨਾਂਗੇ, ਜਿਹੜਾ ਕਿ ਅੱਗੇ ਦਰਗਾਹ ਵਿੱਚ ਇਹ ਮਾਫ਼ ਨਹੀਂ ਹੋਣਾ। ਮਾਤਾ ਗੁਰੂ ਮਹਾਰਾਜ ਦਾ ਤੇਰੇ ਸਿਰ ਉਲਾਂਭਾ ਹੈ, ਫਿਰ ਸੌ ਉਲਾਂਭੇ ਦਿਨੇ ਕਿ ਰਾਤੀ ਮਿਲਣ ਸਹੰਸ, ਸੌ ਉਲਾਂਭੇ ਦਿਨੇ ਦੇ ਮਿਲਦੇ ਹਨ, ਰਾਤ ਦੇ ਹਜ਼ਾਰਾਂ ਹੀ ਉਲਾਂਭੇ ਮਿਲਦੇ ਹਨ। ਸੋ ਇਹ ਉਲਾਂਭਾ ਤੇਰੇ ਸਿਰ ਹੈ, ਜੇ ਤੂੰ ਇਹ ਬੱਚੇ ਨੂੰ ਅੰਮ੍ਰਿਤਧਾਰੀ ਨਾ ਬਣਾਇਆ, 14-15 ਸਾਲ ਤੱਕ ਪ੍ਰੇਰ ਕੇ ਉਹਨੂੰ ਅੰਮ੍ਰਿਤ ਛਕਾ ਦੇ, ਫਿਰ ਤੇਰੀ ਜ਼ਿੰਮੇਵਾਰੀ ਖਤਮ ਹੋ ਗਈ। ਹੁਣ ਗੁਰੂ ਜਾਣੇ, ਹੁਣ ਗੁਰੂ ਨੂੰ ਤਾਂ ਵਾਹ ਫੜਾਤੀ, ਹੁਣ ਮਹਾਰਾਜ ਜੀ ਸਮਰੱਥ ਨੇ, ਉਹ ਤੇਰੇ ਬੱਚੇ ਨੂੰ ਕੁਸੰਗੀਆਂ ਵਿੱਚ ਮਾੜੇ ਪਾਸੇ ਜਿਹੜੇ ਨਸ਼ੇ ਕਰਦੇ ਨੇ ਨਸ਼ੀੜੀ, ਉਹਨਾਂ ਵਿੱਚ ਨਹੀਂ ਜਾਣ ਦੇਣਗੇ ਮਹਾਰਾਜ ਜੀ, ਜਿਹੜੇ ਮੂੰਹ ਸਿਰ ਮਨਾਈ ਫਿਰਦੇ ਨੇ, ਕੰਨਾਂ 'ਚ ਨੱਤੀਆਂ ਪਾਈ ਫਿਰਦੇ ਨੇ, ਉਹਨਾਂ 'ਚ ਨਹੀਂ ਜਾਣ ਦੇਣਗੇ ਮਹਾਰਾਜ ਜੀ, ਨਹੀਂ ਜਾਣ ਦੇਣਗੇ, ਕਿਉਂਕਿ ਮਹਾਰਾਜ ਦੀ ਜ਼ਿੰਮੇਵਾਰੀ ਹੋ ਗਈ ਇਸ ਕਰਕੇ। ਅਤੇ ਨਹੀਂ ਤਾਂ ਫਿਰ ਮਾਤਾ ਨੂੰ ਉਲਾਂਭੇ ਉਲਾਂਭੇ ਹਨ। ਅਤੇ ਕਬੀਰ ਸਾਹਿਬ ਜੀ ਦਾ ਜਿਹੜਾ ਵਚਨ ਹੈ ਨਾ, ਜੇ ਕੁਲ ਪੂਤਨਾ ਗਿਆਨ ਵਿਚਾਰੀ, ਵਿਧਵਾ ਕਥਨਾ ਭਈ ਮਹਿਤਾਰੀ, ਅੱਗੇ ਬੰਦੇ ਨੂੰ ਜੈ ਨਰ ਰਾਮ ਭਗਤ ਨਹੀਂ ਸਾਧੀ, ਵੀ ਜਿਹਨੇ ਰਾਮ ਭਗਤ ਰੱਬ ਦੀ ਗੱਲ ਨਹੀਂ ਕੀਤੀ, ਰੱਬ ਦੀ ਬੰਦਗੀ ਨਹੀਂ ਕੀਤੀ, ਕੀ ਕਰਦਾ ਉਹਨੂੰ ਕੀ ਹੁੰਦਾ ਉਹਨੂੰ, ਜਨਮਤ ਕਥਨਾ ਮੂਹ ਅਪਰਾਧੀ, ਜੰਮਦਾ ਹੀ ਮਰ ਜਾਂਦਾ, ਜਨਮ ਹੀ ਨਾ ਲੈਂਦਾ। ਚੌਥੇ ਪਾਤਸ਼ਾਹ ਮਹਾਰਾਜ ਦਾ ਵਚਨ ਪੜ੍ਹਦੇ ਹਾਂ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਾ ਗਾਏ ਰਾਮ ਰਾਜੇ, ਵੀ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਪਰਮੇਸ਼ੁਰ ਦੀ ਬੰਦਗੀ ਨਹੀਂ ਕੀਤੀ, ਉਹ ਕਾਹਦੇ ਆਏ ਨੇ ਸੰਸਾਰ ਵਿੱਚ, ਭਾਰ ਰੂਪ ਹਨ ਉਹ ਤਾਂ, ਵਿਸਰਿਆ ਜੇ ਨਾਮ ਤੇ ਭੋਏ ਭਾਰਤੀਏ, ਉਹਨਾਂ ਦਾ ਆਉਣਾ ਕੋਈ ਮਤਲਬ ਹੀ ਨਹੀਂ ਹੈ। ਆਵਨ ਆਏ ਆਏ ਜ਼ਰੂਰ ਨੇ, ਸਿਸ਼ਟ ਮੈਂ ਸਿਸ਼ਟ ਵਿੱਚ ਆਏ ਜ਼ਰੂਰ ਨੇ, ਬਿਨ ਬੁੱਝੇ, ਬੁੱਝਿਆ ਨਹੀਂ ਆਪਣੇ ਆਪੇ ਨੂੰ, ਬੁੱਝਿਆ ਨਹੀਂ ਗੁਰਮਤ ਨੂੰ, ਬੁੱਝਿਆ ਨਹੀਂ ਗੁਰੂ ਦੇ ਹੁਕਮ ਨੂੰ, ਨਾਨਕ ਹੁਕਮ ਹੈ ਜੇ ਬੁੱਝੈ, ਬੁੱਝਣਾ ਸੀ ਹੁਕਮ ਤਾਂ ਹਉਮੈ ਕਹਿ ਨਾ ਕੋਏ, ਜੇ ਬੁੱਝ ਨਹੀਂ ਸਕਿਆ ਤੂੰ, ਬਿਨ ਬੁੱਝੇ ਪਸ਼ੂ ਢੋਰ, ਅਤੇ ਉਹ ਪਸ਼ੂ ਹਨ ਉਹ ਢੋਰ ਨੇ, ਖੋਤੇ ਹਨ, ਢੋਰ ਖੋਤਿਆਂ ਨੂੰ ਕਹਿੰਦੇ ਨੇ। ਨਾਨਕ ਗੁਰਮੁਖ ਸੋ ਬੁੱਝੈ, ਗੁਰਮੁਖ ਹੈ ਜਿਹੜਾ ਬੁੱਝ ਲੈਂਦਾ ਹੈ ਗੁਰਮਤ ਨੂੰ, ਬੁੱਝ ਲੈਂਦਾ ਆਪਣੇ ਆਪੇ ਨੂੰ, ਬੁੱਝ ਲੈਂਦਾ ਗੁਰੂ ਦੇ ਹੁਕਮ ਨੂੰ।
ਨਾਨਕ ਹੁਕਮੈ ਜੇ ਬੁੱਝੈ ਬੁੱਝ ਲਿਆ। ਅਤੇ ਜਦੋਂ ਬੁੱਝ ਲਿਆ, ਜੇ ਨਹੀਂ ਬੁੱਝਿਆ ਤਾਂ ਭਾਈ ਹੈ ਪਸ਼ੂ ਅਤੇ ਢੋਰ, ਨਾਨਕ ਗੁਰਮੁਖ ਸੋ ਬੁੱਝੈ ਜਾ ਕੇ ਭਾਗ ਮਥੋਰ। ਜਿਨ੍ਹਾਂ ਦੇ ਮੱਥੇ 'ਤੇ ਲਿਖਿਆ ਚੰਗੇ ਭਾਗ ਲਿਖੇ ਹਨ, ਸਮਝ ਲਓ ਉਹਨਾਂ ਨੇ ਬੁੱਝ ਲਿਆ। ਆਹ ਕੁਛ ਬੁੱਝਣ ਵਾਸਤੇ ਬੈਠੇ ਹਾਂ ਆਪਾਂ ਗੁਰੂ ਦੇ ਚਰਨਾਂ ਵਿੱਚ। ਗੁਰੂ ਦੀ ਗੱਲ ਸਮਝ ਆ ਜੇ ਆਪਾਂ ਨੂੰ, ਬਾਣੀ ਅਨੁਸਾਰ ਜੀਵਨ ਸ਼ੁਰੂ ਕਰਦੀ ਹੈ ਆਪਾਂ, ਤਾਂ ਗੁਰੂ ਚਰਨਾਂ ਵਿੱਚ ਕੰਮ ਕਾਰ ਛੱਡ ਕੇ ਆਉਂਦੇ ਆਪਾਂ। ਹੋਰ ਕੋਈ ਮਕਸਦ ਨਹੀਂ ਹੈ ਵੀ ਸਾਨੂੰ ਥੋੜ੍ਹਾ ਜਿਹਾ ਹਲੂਣਾ ਦੇਵੇ ਗੁਰੂ, ਅਤੇ ਅਸੀਂ ਜਿਹੜੇ ਪਾਸੇ ਨੂੰ ਚੱਲ ਰਹੇ ਹਾਂ ਉਹਦੇ ਨੂੰ ਕੁਛ ਮੋੜਾ ਪਾ ਲਈਏ। ਮੋੜਾ ਪਾਉਣਾ ਗੁਰਮਤ ਵੱਲ, ਮੋੜਾ ਪਾਉਣਾ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਚਰਨੀ ਲੱਗ ਕੇ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਨਾ। ਇਹਨੂੰ ਕਹਿੰਦੇ ਨੇ ਮੋੜਾ ਪੈ ਗਿਆ, ਜਾਂ ਇਹਨੂੰ ਕਹਿੰਦੇ ਨੇ ਮਨ ਜਾਗ ਗਏ ਕਿ ਇਹ ਨਿਸ਼ਾਨੀ, ਇੱਕ ਨਿਸ਼ਾਨੀ ਹੈ, ਮਨ ਜਾਗ ਪਿਆ, ਪ੍ਰੈ ਲੱਗ ਗਿਆ ਸਤਿਗੁਰ ਕੀ ਬਾਣੀ। ਜੇ ਪਿਆਰੀ ਲੱਗਦੀ ਹੈ ਬਾਣੀ ਤਦੇ ਗੁਰੂ ਚਰਨਾਂ ਵਿੱਚ ਬੈਠੇ ਹੋ ਨਾ, ਪਿੰਡ ਆਫ ਸਾਈਲੈਂਸ, ਕੋਈ ਸਾਹਿਬ ਨਹੀਂ ਸੁਣਦਾ, ਕਿਉਂ ਬੈਠੇ ਹਾਂ ਧਿਆਨ ਨਾਲ, ਕਿਉਂਕਿ ਇੱਥੇ ਕੁਛ ਆਨੰਦ ਹੈ, ਗੁਰੂ ਦੀ ਬਾਣੀ ਵਿੱਚੋਂ ਕੁਛ ਮਿਲ ਰਿਹਾ ਆਪਾਂ ਨੂੰ, ਉਹਦਾ ਅਜੇ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ, ਮਿਲ ਜ਼ਰੂਰ ਰਿਹਾ ਹੈ। ਹੋਰ ਕਿਤੋਂ ਇਹ ਚੀਜ਼ ਨਹੀਂ ਮਿਲਣੀ, ਵੱਡੇ ਇਕੱਠਾਂ ਵਿੱਚ ਚਲੇ ਜਾਇਓ, ਆਹ ਆਨੰਦ ਉੱਥੇ ਨਹੀਂ ਹੋਏਗਾ ਭਾਈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ, ਇੱਥੇ ਹੀ ਹੈ ਆਨੰਦ, ਇੱਥੇ ਹੀ ਹੈ ਸੁੱਖ। ਜਿਹਨੂੰ ਆਖਰੀ ਇੱਕ ਆਤਮਕ ਆਨੰਦ ਕਹਿੰਦੇ ਨੇ, ਆਤਮਕ ਸੁੱਖ ਕਹਿੰਦੇ ਨੇ, ਦੁਨਿਆਵੀ ਸੁੱਖ ਨਹੀਂ ਹੈ ਇਹ। ਦੁਨਿਆਵੀ ਸੁੱਖ ਤਾਂ ਹੈ ਪਦਾਰਥਾਂ ਦੇ ਵਿੱਚ, ਖਾਣ ਵਿੱਚ, ਪਹਿਨਣ ਵਿੱਚ, ਪੀਣ ਵਿੱਚ, ਦੇਖਣ ਵਿੱਚ, ਬੋਲਣ ਵਿੱਚ, ਸੁਣਨ ਵਿੱਚ, ਉਹ ਦੁਨਿਆਵੀ ਸੁੱਖ ਹਨ। ਸੋਹਣੀ ਚੀਜ਼ ਸੁਣਨ ਨੂੰ ਮਿਲ ਗਈ, ਉੱਥੇ ਹੀ ਮਨ ਰੁੱਕ ਗਿਆ, ਸੋਹਣੀ ਚੀਜ਼ ਦੇਖਣ ਨੂੰ ਮਿਲ ਗਈ, ਉੱਥੇ ਹੀ ਮਨ ਰੁੱਕ ਗਿਆ, ਅਸ਼ ਅਸ਼ ਕਰ ਉੱਠਿਆ। ਕੁਛ ਇਹੋ ਜਿਹੀਆਂ ਗੱਲਾਂ ਮਨਮਤ ਦੀਆਂ ਮਿਲ ਗਈਆਂ ਅਤੇ ਇਹ ਉੱਥੇ ਹੀ ਖੜ ਗਿਆ। ਪਰ ਉਹ ਰਸਤਾ ਸੁੱਖ ਵਾਲਾ ਨਹੀਂ ਹੈ, ਲੱਗਦਾ ਜ਼ਰੂਰ ਹੈ, ਮਿੱਠਾ ਮੋਹਰਾ ਹੈ ਭਾਈ, ਇਹ ਵਿਸ ਗੰਦਲਾਂ, ਵਿਹੋ ਦੀਆਂ ਗੰਦਲਾਂ ਨੇ, ਉੱਪਰੋਂ ਮਿੱਠਾ ਹੈ, ਵਿੱਚ ਵਿਹੋ ਹੈ, ਉੱਪਰੋਂ ਰਸ ਮਿਲੇਗਾ, ਪੰਜਾਂ ਗਿਆਨ ਇੰਦਰਾਂ ਦੇ ਰਸ ਹਨ, ਉਹ ਰਸ ਵੀ ਤੁਸੀਂ ਅਨੁਭਵ ਕਰਦੇ ਹੀ ਹੋ ਰੋਜ਼, ਕੰਨਾਂ ਦਾ ਵਿਸ਼ਾ ਹੈ, ਉਹ ਵੀ ਉਹਦਾ ਵੀ ਆਨੰਦ ਮਾਣਦੇ ਹੋ ਦੁਨੀਆਂ ਦੇ ਵਿੱਚ ਆ ਕੇ, ਚੰਗੇ ਗਾਣੇ ਪਹੁੰਚਾਉਣੇ ਸੁਣ ਸੁਣਾ ਕੇ, ਜਾਂ ਗੱਪਾਂ ਛੱਪਾਂ ਮਾਰ ਕੇ, ਜਾਂ ਨਿੰਦਿਆ ਚੁਗਲੀ ਸੁਣ ਕੇ, ਉਹ ਵੀ ਇੱਕ ਆਨੰਦ ਹੀ ਹੈ ਨਾ, ਉਹ ਇੱਕ ਦੁਨਿਆਵੀ ਪੱਖ ਹੈ, ਉਹਦੇ ਵਿੱਚ ਕੁਛ ਰਸ ਹੈ। ਰਸ ਤਾਂ ਪਾਪ ਕਰਨ ਵਿੱਚ ਵੀ ਹੈ, ਪਾਪੀ ਕੋ ਪਿਆਰਾ, ਪਾਪੀ ਨੂੰ ਪਿਆਰਾ ਕਿਉਂ ਲੱਗਦਾ, ਇਹਦਾ ਮਤਲਬ ਉਹਨੂੰ ਕੁਛ ਆਨੰਦ, ਕੁਛ ਸੁੱਖ ਮਿਲਿਆ ਨਾ ਉਹਦੇ ਵਿੱਚੋਂ, ਚਾਹੇ ਝੂਠਾ ਹੀ ਸੀ, ਕਿ ਉਹ ਛਿਣ ਮਾਤਰ ਸੀ, ਪਰ ਰਸਤਾ ਆਇਆ ਨਾ, ਕੁਛ ਬੋਲਿਆ, ਗੱਪ ਛੱਪ ਮਾਰੀ, ਨਿੰਦਿਆ ਚੁਗਲੀ ਕੀਤੀ, ਉਹਦੇ ਵਿੱਚ ਰਸ ਹੈ, ਅਤੇ ਤਦੇ ਹੀ ਚਾਹ ਪੀਣੀ ਵੀ ਭੁੱਲ ਗਈ, ਰੋਟੀ ਵੀ ਠੰਡੀ ਹੋ ਗਈ, ਨਹੀਂ ਵੀ ਗੱਲ ਪੂਰੀ ਕਰ ਲੈ ਹੁਣ ਤੋਂ, ਇਹਦਾ ਮਤਲਬ ਉਹ ਝੂਠੇ ਰਸ ਹਨ। ਇਸੇ ਤਰ੍ਹਾਂ ਨੇਤਰਾਂ ਦੁਆਰਾ ਜੋ ਕੁਛ ਦੇਖਦੇ ਹਾਂ, ਬਰਬਾਦ ਹੋ ਗਏ, ਅੱਜ ਨੌਜਵਾਨ ਬਰਬਾਦ ਹੋ ਗਏ, ਸਾਰੀ ਰਾਤ ਫੋਨਾਂ ਦੇ ਉੱਪਰ ਚੰਗੇ ਚੰਗੇ ਗੁਰਮੁਖ ਵੀ ਲੱਗੇ ਰਹਿੰਦੇ ਨੇ, ਹੈਰਾਨ ਹੋ ਜਾਈਦਾ ਕੀ ਕਹੀਏ ਹੁਣ ਇਹਨਾਂ ਲੋਕਾਂ ਨੂੰ,
ਕਿਵੇਂ ਮੋੜੀਏ। ਕਿਰਪਾ ਹੀ ਕਰੇ ਮਹਾਰਾਜ ਜੀ, ਇਹੀ ਅਰਦਾਸ ਕਰਾਂਗੇ ਅਸੀਂ ਤਾਂ। ਸਾਰੀ ਰਾਤ ਫਿਰ ਅੰਮ੍ਰਿਤ ਵੇਲਾ ਕਿਹਨੇ ਸਾਂਭਣਾ ਭਾਈ, ਫਿਰ 10 ਵਜੇ ਸੁੱਤੇ ਪਏ ਉੱਠਦੇ ਨੇ, ਬਰਬਾਦ ਕਰ ਲਿਆ ਆਪਣੇ ਆਪ ਨੂੰ। ਇਹ ਪਾਏ ਕੁਹਾੜਾ ਮਾਰਿਆ, ਆਪਣੇ ਆਪ ਪੈਰ 'ਤੇ ਕੁਹਾੜਾ ਮਾਰ ਲਿਆ, ਆਪਣੇ ਪੈਰ 'ਤੇ ਖੁਦ ਹੀ ਵੱਢ ਲਿਆ ਆਪਣੇ ਪੈਰ। ਅਤੇ ਜਿਹੜਾ ਖੁਦ ਹੀ ਪੈਰ ਵੱਢੀ ਜਾਵੇ ਉਹਦਾ ਇਲਾਜ ਕੋਈ ਹੈ? ਤੈਂ ਤਾਂ ਚੱਕ ਕੇ ਕੁਹਾੜਾ ਪੈਰ ਮਾਰਿਆ, ਆਪਣੇ ਹੱਥੀਂ ਆਪ ਗਾਫਲਾ। ਤੈਂ ਤਾਂ ਚੱਕ ਕੇ ਕੁਹਾੜਾ ਪੈਰ ਮਾਰਿਆ, ਆਪਣੇ ਹੱਥੀਂ ਆਪ ਗਾਫਲਾ। ਧਾਰਨਾ ਪੜ੍ਹਦੇ ਹੁੰਦੇ ਪਹਿਲੀਆਂ 'ਚ, ਇੱਥੇ ਤਾਂ ਆਪਣੇ ਪੈਰ ਆਪ ਹੀ ਵੱਢ ਲਏ ਬਈ, ਆਪਣੀ ਬਰਬਾਦੀ ਆਪ ਹੀ, ਆਪਣੀ ਜੜ ਆਪ ਹੀ ਪੱਟ ਲਈਏ ਕਹਿ ਲਓ, ਜੜ ਆਪਣੀ ਆਪ ਉਪਾੜੀ ਜੀਓ। ਤਾਂ ਇਸ ਕਰਕੇ ਨੌਜਵਾਨੋ ਧਿਆਨ ਰੱਖੋ, ਜੀਵਨ ਬੜਾ ਅਮੋਲਕ ਮਿਲਿਆ ਹੈ, ਇੱਕ ਇੱਕ ਸਵਾਸ ਬੜੇ ਕੀਮਤੀ ਹਨ, ਇਹਨਾਂ ਨੂੰ ਇਵੇਂ ਬੇਅਰਥ ਨਾ ਗਵਾਓ। ਸੋਝੀ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਕਬੀਰ ਸਾਹਿਬ ਜੀ ਅਤੇ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਆਪਾਂ ਕਰ ਰਹੇ ਸਾਂ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਅਤੇ ਕਾਹੇ ਜਗ ਆਏ ਰਾਮ ਰਾਜੇ। ਕਾਹਦੇ ਵਾਸਤੇ ਆਏ ਸਨ ਉਹ? ਜਿਵੇਂ ਹਰੀ ਕਮਲ ਮਹਾਂਪੁਰਸ਼ ਰਾੜਾ ਸਾਹਿਬ ਆਇਆ ਕਰਦੇ, ਹਾਸ ਰਸ ਦੀ ਗੱਲ ਉਹ ਹਮੇਸ਼ਾ ਕਰਦੇ, ਜਾਣੀ ਹਾਸ ਰਸ ਦੇ ਵਿੱਚ ਇੱਕ ਸਿਧਾਂਤ ਹੁੰਦਾ ਸੀ ਗੁਰਮਤਿ ਦਾ। ਕਹਿੰਦੇ ਨੌਜਵਾਨ ਮੰਚਲੇ ਕਿਤੇ ਟੱਕਰ ਕੇ ਰਾਜ ਅਖੁੰਡ ਪਾਰਟੀ ਹੁੰਦੀ ਹੈ, ਦੇਖ ਲਓ ਇਹਨਾਂ ਨੂੰ ਕੋਈ ਚੱਜ ਦੀ ਗੱਲ ਤਾਂ ਆਉਂਦੀ ਨਹੀਂ ਹੁੰਦੀ। ਕਹਿੰਦੇ ਮੇਰੇ ਨਾਲ ਤੁਰ ਪਏ, ਕਹਿੰਦੇ ਸੰਤ ਜੀ ਕੁਛ ਪੁੱਛਣਾ ਚਾਹੁੰਦੇ ਹਾਂ ਭਾਈ, ਪੁੱਛ ਲਓ। ਕਹਿੰਦੇ ਅਸੀਂ ਕਿਹਾ ਪੁੱਛ ਲਓ, ਸੰਤਾਂ ਦਾ ਕੰਮ ਹੈ ਕੋਈ ਸ਼ੰਕਾ ਕਰੇ ਤਾਂ ਉਹਦਾ ਉੱਤਰ ਦੇਣਾ, ਸ਼ੰਕਾ ਨਿਵਿਰਤ ਕਰਨੀ। ਕਹਿੰਦੇ ਜੀ ਆਹ ਪਹਿਲਾਂ ਪੁੱਛਦੇ ਹਾਂ ਅਸੀਂ ਵੀ ਤੁਰ ਕਿਉਂ, ਉਹ ਤਾਂ ਹੁਣ ਦਾੜੀ ਦੂੜੀ ਉਹਨਾਂ ਦੀ ਸਾਫ਼ ਸਫਾਈ ਸੀ। ਸੰਤ ਜੀ ਐਡੀ ਦਾੜੀ ਰੱਖਣ ਦੀ ਕਾਹਤੇ ਰੱਖੀ ਹੈ ਤੁਸੀਂ?
ਇਹਦਾ ਕੀ ਫਾਇਦਾ? ਮਹਾਂਪੁਰਸ਼ ਕਹਿੰਦੇ ਵੀ ਰੱਖੀ ਨਹੀਂ ਹੈ, ਇਹ ਤਾਂ ਰੱਬ ਨੇ ਦੇਤੀ ਦੀ ਦਾਤ ਹੈ ਉਹਦੀ, ਇਹ ਤਾਂ ਉਹਦੀ ਦਾਤ ਹੈ, ਉਹਨੇ ਦੇਤੀ ਹੈ ਅਤੇ ਅਸੀਂ ਸੰਭਾਲ ਕੇ ਰੱਖੀ ਹੈ, ਪਰ ਇਹ ਜ਼ਰੂਰ ਹੈ ਅਸੀਂ ਇਹਦੀ ਅਸੀਂ ਬੇਅਦਬੀ ਨਹੀਂ ਕਰਦੇ ਹਾਂ। ਸਾਥਾਂ ਦੇ ਬੜਾ ਭਾਰੀ ਇੱਕ ਪਾਪ ਹੈ, ਪਰਮੇਸ਼ੁਰ ਦੀ ਦਾਤ ਦੀ ਬੇਅਦਬੀ ਕਰਨੀ ਵੱਡਾ ਪਾਪ ਹੈ। ਦਾਤਾਂ ਨੇ ਵਾਹਿਗੁਰੂ ਦੀਆਂ, ਇਹ ਦਾਤ ਹੈ ਜਿਹੜੀ ਸੋਹਣੇ ਕੇਸ ਦਿੱਤੇ ਨੇ ਰੱਬ ਨੇ, ਆਹ ਦਾੜੀ ਦਿੱਤੀ ਹੈ, ਦਾਤ ਹੈ ਜਿਹਨੂੰ ਨਹੀਂ ਮਿਲਦੀ। ਉਹ ਨੌਜਵਾਨ ਵਿਚਾਰੇ ਤੜਫਦੇ ਨੇ, ਅਰਦਾਸਾਂ ਕਰਾਉਂਦੇ ਨੇ ਗੁਰਦੁਆਰੇ ਆ ਕੇ, ਮਹਾਰਾਜ ਜੀ ਹੁਣ ਤਾਂ 30 ਸਾਲ ਦੀ ਉਮਰ ਹੋ ਗਈ, ਅਜੇ ਦਾੜੀ ਨਹੀਂ ਆਈ ਹੈ, ਕੋਈ ਹੋ ਜੇ ਕਿਰਪਾ। ਕਹਿੰਦੇ ਸ਼ਰਮ ਆਉਂਦੀ ਹੈ ਵੀ ਇਹੋ ਜਿਹੀ ਰਹਿ ਜਾਂਗੇ ਅਸੀਂ, ਅਤੇ ਜਿਹਨਾਂ ਦੇ ਆਉਂਦੀ ਹੈ ਉਹ ਰੱਖਦੇ ਨਹੀਂ, ਕਰੀਏ ਤਾਂ ਕੀ ਕਰੀਏ? ਜਿਹਨਾਂ ਨੂੰ ਰੱਬ ਦੇ ਰਿਹਾ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਇਹ, ਜਿਹਨਾਂ ਦੇ ਨਹੀਂ ਆਉਂਦੀ ਉਹ ਵਿਚਾਰੇ ਤਰਲੇ ਮਾਰਦੇ ਨੇ, ਮਹਾਰਾਜ ਜੀ ਕਿਵੇਂ ਆ ਜਾਵੇ? ਸੋ ਇਸ ਕਰਕੇ ਉਹ ਮਹਾਂਪੁਰਸ਼ਾਂ ਨੇ ਕਿਹਾ ਭਾਈ ਇਹ ਰੱਬ ਦੀ ਦਾਤ ਹੈ, ਅਤੇ ਫਿਰ ਜੀ ਆ ਤੁਸੀਂ ਗੇਰੂਏ ਰੰਗੇ ਕੱਪੜੇ ਇਹ ਕਾਹਤੇ ਪਾਏ ਨੇ? ਇਹਦਾ ਕੀ ਫਾਇਦਾ? ਦਾੜੀ ਦਾ ਕੀ ਫਾਇਦਾ? ਕੇਸਾਂ ਦਾ ਕੀ ਫਾਇਦਾ? ਸਾਰੀਆਂ ਗੱਲਾਂ ਪੁੱਛਦੇ ਰਹੇ, ਉੱਤਰ ਦਿੰਦੇ ਰਹੇ। ਉਹ ਅਖੀਰ ਕਹਿੰਦੇ ਵੀ ਨੌਜਵਾਨੋ ਇੱਕ ਗੱਲ ਮੈਂ ਵੀ ਪੁੱਛਣੀ ਹੈ ਤੁਹਾਤੋਂ, ਦੱਸੋਗੇ? ਕਹਿ ਜੀ ਪੁੱਛੋ। ਕਹਿ ਤੁਸੀਂ ਪੁੱਛਿਆ ਇਹਦਾ ਕੀ ਫਾਇਦਾ, ਦਾੜੀ ਦਾ ਕੀ ਫਾਇਦਾ, ਕੇਸਾਂ ਦਾ ਕੀ ਫਾਇਦਾ, ਕੱਪੜੇ ਗੇਰੂਏ ਰੰਗੇ ਇਹਦਾ ਕੀ ਫਾਇਦਾ? ਮੈਂ ਤੁਹਾਤੋਂ ਇਹ ਪੁੱਛਦਾ ਤੁਹਾਡੇ ਜੰਮਣ ਦਾ ਕੀ ਫਾਇਦਾ? ਕਹਿੰਦੇ ਮੇਰੇ ਮੂੰਹ ਵੱਲ ਦੇਖਣ, ਇੱਕੋ ਹੀ ਗੱਲ ਪੁੱਛੇ, ਇਹਦਾ ਜਵਾਬ ਦੇ ਦਿਓ, ਤੁਹਾਡੇ ਜੰਮਣ ਦਾ ਕੀ ਫਾਇਦਾ? ਇਹੀ ਕਬੀਰ ਸਾਹਿਬ ਜੀ ਕਹਿ ਰਹੇ ਨੇ, ਜੇ ਨਰ ਰਾਮ ਭਗਤ ਨੇ ਸਾਧੀ ਜਨਮਤ ਕਸਨਾ ਮੂਹ ਅਪਰਾਧੀ। ਇਹੀ ਚੌਥੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ, ਜਿੰਨੀ ਐਸਾ ਹਰ ਨਾਮ ਨਾ ਚੇਤਿਓ, ਕਾਹੇ ਜਗਿਆਏ ਨੇ ਭਗਤੀ ਤੋਂ ਹੀਣੇ ਗੇੜੇ, ਕਾਹੇ ਜਗਾਏ ਨੇ ਭਗਤੀ ਤੋਂ ਹੀਣੇ ਗੇੜੇ, ਭਗਤੀ ਤੋਂ ਹੀਣੇ ਜਿਹੜੇ, ਭਗਤੀ ਤੋਂ ਹੀਣੇ ਜਿਹੜੇ, ਭਗਤੀ
ਭਗਤੀ ਤੋਂ ਹਰ ਨਾਮ ਨਾ ਚੇਤੇ ਉਹਦੇ ਗਹਿ ਜਗ ਆਏ ਜਿਨੀ ਹੈ ਤਾਰ ਨਾਮ ਨਾ ਚੇਤੇ ਉਹਦੇ ਗਹਿ ਜਗ ਆਏ ਇਹ ਵਾਰ ਜਨਮ ਦੁਲੰਬ ਹੈ ਨਾਮ ਬਿਨਾ ਬਿਰਤ ਸਭ ਜਾਏ ਜਨਮ ਦੁਲੰਭ ਹੈ ਦੁਰਲੱਭ ਦੇ ਪਾਈ ਵੱਡ ਭਾਗੀ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨ ਬਿਰਥਾ ਸਭ ਜਾਏ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਵਚਨ ਨਾਮ ਤੋਂ ਬਿਨਾਂ ਬੇਅਰਥ ਜਾ ਰਿਹਾ ਹੈ ਜਿੰਨੀ ਕੁ ਉਮਰ ਲੰਘ ਗਈ ਕੋਈ 50 ਸਾਲ ਦਾ ਬੈਠਾ ਹੈ ਕੋਈ 70 ਦਾ ਵੀ ਬੈਠਾ ਹੈ 75 80 ਦੇ ਵੀ ਬੈਠੇ ਹੋਣਗੇ ਅਤੇ 50-40-30 ਵਾਲੇ ਤਾਂ 20-25 ਵਾਲੇ ਵੀ ਹੈਗੇ ਨੇ ਅਤੇ ਅਜੇ ਤੱਕ ਤਾਂ ਨਹੀਂ ਨਾ ਆਪਾਂ ਇਹ ਸੋਚਿਆ ਵੀ ਹੁਣ ਇਹ ਸਮਾਂ ਐਵੇਂ ਨਾਮ ਬਿਨ ਬਿਰਥਾ ਸਭ ਜਾ ਵੀ ਬਿਰਥਾ ਜਾ ਰਿਹਾ ਕਦੇ ਅਹਿਸਾਸ ਤਾਂ ਨਹੀਂ ਹੋਇਆ ਪਰ ਅੱਜ ਅਹਿਸਾਸ ਹੋ ਜਾਣਾ ਚਾਹੀਦਾ ਵੀ ਬੇਅਰਥ ਨਹੀਂ ਜਾਣ ਦੇਣਾ ਬੇਅਰਥ ਤਾਂ ਜਾਂਦਾ ਆਪਾਂ ਗੁਰੂ ਵਾਲੇ ਨਹੀਂ ਬਣੇ ਜਿੱਦਣ ਗੁਰੂ ਵਾਲੇ ਬਣ ਗਏ ਬੰਧਨ ਪਾਤੇ ਮਹਾਰਾਜ ਜੀ ਨੇ
ਸਾਨੂੰ ਜੁਗਤੀ ਦੱਸ ਦਿੱਤੀ, ਬਾਣੀ ਨਾਲ ਜੋੜ ਦਿੱਤਾ। ਅੰਮ੍ਰਿਤਧਾਰੀ ਨੂੰ ਪੰਜ ਬਾਣੀਆਂ ਪੜ੍ਹਨੀਆਂ ਪੈਣੀਆਂ ਨੇ, ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸੁਧਾ ਸਫਈਏ, ਚੌਪਈ ਸਾਹਿਬ, ਆਨੰਦ ਸਾਹਿਬ 40 ਪੌੜੀਆਂ, ਰਹਿਰਾਜ ਸਾਹਿਬ ਸ਼ਾਮ ਨੂੰ ਕੀਰਤਨ ਸੋਹਲਾ ਪੈਣ ਤੋਂ ਪਹਿਲਾਂ, ਫਿਰ ਸੁਖਮਨੀ ਸਾਹਿਬ ਦਾ ਪਾਠ, ਫਿਰ 12 ਮਾਹਾਂ ਦਾ ਪਾਠ, ਫਿਰ ਹੋਰ ਬਾਣੀਆਂ ਬੇਅੰਤ ਪੜ੍ਹਨ ਦਾ ਹੁਕਮ ਹੈ। ਇਹ ਹੁਕਮ ਜਦ ਗੁਰੂ ਨੇ ਕਰ ਦਿੱਤਾ ਤਾਂ ਚੱਲ ਪਏ ਆਪਾਂ। ਇਹਦਾ ਮਤਲਬ ਬਿਰਥਾ ਜਾਂਦਾ ਸੀ, ਉਹ ਸਮਾਂ ਬਿਰਥਾ ਜਾਣੋਂ ਹਟ ਗਿਆ। ਨਾਮ ਬਿਨ ਬਿਰਥਾ ਸਭ ਜਾਏ, ਜੇ ਨਾ ਗੁਰੂ ਵਾਲੇ ਬਣੇ ਬਿਰਥਾ ਹੀ ਹੈ। ਫਿਰ ਆਖਰੀ ਜਦੋਂ ਜਾਏਗਾ ਨਾ, ਆਖਰੀ ਸਮਾਂ, ਆਖਰੀ ਤਾਂ ਆ ਹੀ ਜਾਣਾ ਹੈ। ਬੱਚੇ 'ਤੇ ਵੀ ਆ ਸਕਦਾ ਹੈ, ਨੌਜਵਾਨ 'ਤੇ ਵੀ ਆ ਸਕਦਾ ਹੈ, ਬੁੱਢੇ 'ਚ ਤਾਂ ਆਉਣਾ ਹੀ ਆਉਣਾ ਹੈ, ਉਹ ਤਾਂ ਪੱਕੀ ਖੇਤੀ ਹੈ ਨਾ ਭਾਈ। ਵੈਸੇ ਤਾਂ ਜ਼ਿਮੀਂਦਾਰ ਦੀ ਮਰਜ਼ੀ ਹੈ, ਕਾਚੀ ਪਾਕੀ ਵਾਢ ਪੁਰਾਣੀ, ਕੱਚੀ ਨੂੰ ਵੀ ਵੱਢ ਸਕਦਾ ਉਹ, ਪਰ ਪੱਕੀ ਤੋਂ ਤਾਂ ਕੋਈ ਆਸ ਹੀ ਨਹੀਂ ਨਾ ਹੈ। ਅਤੇ ਨਾਮ ਬਿਨ ਬਿਰਥਾ ਸਭ ਜਾਏ, ਬਿਰਥਾ ਨਾ ਜਾਣਾ, ਹੁਣ ਨਹੀਂ ਜਾਣਾ ਚਾਹੀਦਾ। ਅੱਜ ਤੋਂ ਮਨ ਬਣਾ ਲਓ, ਇੱਕ ਤਾਂ ਨੌਂ ਲਿਖਾਓ, ਅੰਮ੍ਰਿਤਧਾਰੀ ਹੋਈਏ ਆਪਾਂ। ਕਿੰਨੇ ਕੁ ਪ੍ਰੇਮੀ ਨੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ? ਹੋਣਗੇ 40-50 ਤਾਂ ਹੋਣਗੇ। ਅਤੇ ਉਹ ਭਾਈ ਅੱਜ ਮਨ ਬਣਾ ਲਓ, ਨਹੀਂ ਤਾਂ ਬਿਰਥਾ ਜਾਊ, ਆਖਰੀ ਰੋਂਦਾ ਜਾਏਗਾ ਤੂੰ। ਰੋਣੇ ਤੋਂ ਬਚ ਜੀ ਆਪਾਂ, ਜਨਮ ਵੇਲੇ ਤਾਂ ਰੋਇਆ ਹੀ ਸੀ, ਮਰਨ ਵੇਲੇ ਨਾ ਤੈਨੂੰ ਰੋਣਾ ਪਵੇ। ਬਸ ਇਹ ਇੱਕ ਉਦਮ ਕਰ ਲੈ ਤੂੰ, ਗੁਰੂ ਦੇ ਨਾਲ ਰਲ ਕੇ ਉਦਮ ਹੋਣਾ। ਗੁਰੂ ਜੁਗਤੀ ਦੱਸੇਗਾ, ਤੇਰੇ ਰੋਣੇ ਖਤਮ ਕਰ ਦੇਗਾ, ਤੇਰੇ ਰੋਣੇ ਹਾਸਿਆਂ ਵਿੱਚ ਬਦਲ ਜਾਣਗੇ, ਤੇਰੀ ਢਹਿੰਦੀ ਕਲਾ ਚੜ੍ਹਦੀ ਕਲਾ ਵਿੱਚ ਹੋ ਜਾਵੇਗੀ। ਨਾਨਕ ਨਾਮ ਚੜ੍ਹਦੀ ਕਲਾ, ਚੜ੍ਹਦੀ ਕਲਾ ਹੋ ਗਈ। ਤੇਰੇ ਭਾਣੇ ਸਰਬੱਤ ਕਾ ਭਲਾ, ਸਰਬੱਤ ਦਾ ਭਲਾ, ਉਹ ਈਰਖਾ ਨਹੀਂ ਰਹੀ, ਵੈਰ ਬੋਧ ਨਹੀਂ ਰਿਹਾ ਕਿਸੇ ਨਾਲ, ਨਾ ਭਰਾ ਨਾਲ, ਜਾਂ ਨਾ ਮਿੱਤਰ ਦੋਸਤ ਨਾਲ, ਨਾ ਗੁਆਂਢੀ ਨਾਲ। ਕਿੱਡਾ ਆਨੰਦਮਈ ਜੀਵਨ ਹੈ ਸਾਧ। ਗੁਰਮਤ ਗੁਰੂ ਨਾਨਕ ਦਾ ਤਾਂ ਮਿਸ਼ਨ ਹੀ ਇਹ ਹੈ। ਵੈਰ ਬੋਧ ਵਿੱਚ ਆਪਾਂ ਨਾਲ ਤਾਂ ਭਰਾ ਨਾਲ ਭਰਾ ਝਗੜਾ ਕਰਦਾ, ਫਿਰ ਦੋਨੋਂ ਹੀ ਭਰਾ ਕੋਰਟ 'ਚ ਖੜ੍ਹੇ ਹੁੰਦੇ ਨੇ, ਅਤੇ ਵਕੀਲਾਂ ਦੇ ਪੈਸੇ ਦੋਨਾਂ ਪਾਸੇ, 1 ਲੱਖ ਉਹਨੇ, 2 ਲੱਖ ਉਹਨੇ ਲੈ ਲਿਆ, ਕੀ ਫਾਇਦਾ ਹੋਇਆ? ਆਖਰੀ ਬਹਿ ਕੇ ਫੈਸਲਾ ਹੋਣਾ, ਆਖਰੀ ਟੇਬਲ 'ਤੇ ਹੀ ਗੱਲ ਮੁੱਕਣੀ ਹੈ, ਅਤੇ ਫਿਰ ਉੱਥੇ ਜਾਣ ਦੀ ਲੋੜ ਕੀ ਹੈ? ਗੁਰੂ ਨਾਨਕ ਨੇ ਇਹ ਨਹੀਂ ਸੀ ਸਿਖਾਇਆ ਆਪਾਂ ਨੂੰ। ਸਾਨੂੰ ਤਾਂ ਕਰਨਾ ਮੈਤਰੀ ਮੁੱਤਾ ਅਪੇਖਿਆ, ਮੈਤਰੀ ਭਾਵ ਪਿਆਰ ਹੀ ਪਿਆਰ ਵੰਡਿਆ ਗੁਰੂ ਨਾਨਕ ਨੇ, ਪਿਆਰ ਵਿੱਚ ਰਹੋ ਭਾਈ। ਦੁਬਧਾ ਵਾਲੀ ਬਿਰਤੀ ਖਤਮ ਕਰ ਦਿਓ, ਦੁਬਧਾ ਦੂਰ ਕਰੋ ਲਿਵ ਲਾਏ। ਇਹ ਜੁਗਤੀ ਦੱਸੀ ਮਹਾਰਾਜ ਜੀ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ, ਇੱਥੇ ਦੁਬਧਾ ਨਹੀਂ ਰਹਿੰਦੀ। ਜਦੋਂ ਇਕੱਤਰ ਹੋ ਕੇ ਬਹਿੰਦੇ ਹਾਂ ਸੰਗਤ ਵਿੱਚ, ਪੰਗਤ ਵਿੱਚ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਹਰ ਨਾਮੈ ਕੇ ਹੋਵੋ ਜੋੜੀ, ਨਾਮ ਨਾਲ ਜੁੜ ਜਾਓ। ਗੁਰਮੁਖ ਬੈਠੋ ਸਫਾਂ ਵਿਛਾਏ, ਸਫਾਂ ਬਿਠਾ ਕੇ ਵਿਛਾ ਕੇ, ਨੀਵੇਂ ਹੋ ਕੇ ਇੱਕ ਜਗ੍ਹਾ ਇਕੱਠੇ, ਇੱਕ ਪੰਗਤ ਇੱਕ ਸੰਗਤ ਵਿੱਚ ਬੈਠ ਜਾਓ, ਫਿਰ ਦੇਖੋ ਜ਼ਿੰਦਗੀ ਦਾ ਆਨੰਦ ਕਿਹੋ ਜਿਹਾ ਹੈ। ਇਸ ਕਰਕੇ ਮਹਾਰਾਜ ਦਾ ਇਹ ਵਚਨ ਹੈ, ਯਾਦ ਰੱਖਣਾ। ਹੁਣ ਨਾਮ ਬਿਨ ਬਿਰਥਾ ਸਭ ਜਾਏ, ਹੁਣ ਵੱਤੇ ਹਰ ਨਾਮ ਨਾ ਬੀਜੋ, ਅੱਗੇ ਭੁੱਖਾ ਕਿਆ ਖਾਏ।
ਵੱਤ ਹੈ ਮਨੁੱਖਾ ਦੇ, ਜੇ ਹੁਣ ਨਾ ਬੀਜਿਆ ਨਾ ਫਿਰ ਭੁੱਖਾ ਮਰੇਗਾ। ਮਨਮੁੱਖਾਂ ਨੂੰ ਫਿਰ ਜਨਮ ਹੈ, ਮਨਮੁੱਖਾਂ ਨੂੰ ਚੱਕਰ ਨਹੀਂ ਮਿਟਣਾ, ਜਨਮ ਫਿਰ ਮਰਨ ਫਿਰ ਜਨਮ ਫਿਰ ਮਰਨ ਫਿਰ, ਬੜਾ ਲੰਮਾ ਚੱਕਰ ਹੈ। ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਇਸ ਕਰਕੇ ਇਹ ਮਹਾਰਾਜ ਜੀ ਨੇ ਉਪਦੇਸ਼ ਕੀਤਾ ਸਾਨੂੰ ਬਈ ਦੁਰਲੱਭ ਦੇ ਪਾਈ ਵੱਡ ਭਾਗੀ, ਨਾਮ ਜਪੈ ਨਾਮ ਨਾ ਜਪੈ ਅਤੇ ਆਤਮ ਘਾਤੀ। ਮਰ ਕੀ ਨਾ ਜਾਹੀ, ਮਰ ਜਾਣਾ ਚਾਹੀਦਾ, ਮਰ ਕੀ ਨਾ ਜਾਹੀ ਜਿਹਨਾਂ ਬਿਸਰਤ ਨਾਮ, ਨਾਮ ਵਿਹੂੰ ਜੀਵਨ ਕੌਣ ਕਾਮ, ਕਿਸ ਕੰਮ ਹੈ ਤੇਰਾ ਜੀਵਨ। ਖਾਤ ਪੀਤ ਖੇਲਤ ਹੱਥ ਵਿਸਥਾਰ, ਖਾਂਦਾ ਪੀਤਾ ਪੀਂਦਾ ਖੇਡਦਾ ਹੱਸਦਾ ਹੈ। ਕਵਨ ਅਰਥ ਮ੍ਰਿਤਕ ਸ਼ਿੰਗਾਰ, ਮ੍ਰਿਤਕ ਨੂੰ ਸ਼ਿੰਗਾਰ ਕੀਤੇ ਦਾ ਕੋਈ ਫਾਇਦਾ ਨਹੀਂ, ਇਹ ਮ੍ਰਿਤਕ ਦਾ ਸ਼ਿੰਗਾਰ ਹੈ ਹੱਸਣਾ ਖੇਡਣਾ। ਜੋ ਨਾ ਸੁਣਿਆ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ 'ਤੇ ਮੰਦਾ, ਟੇਢੀਆਂ ਜੋਨੀਆਂ ਤੋਂ ਵੀ ਭੈੜਾ ਬੰਦਾ ਹੈ ਉਹ ਜਿਹੜਾ ਨਾਮ ਅਤੇ ਬੰਦਗੀ ਦੇ ਨਾਲ ਨਹੀਂ ਜੁੜਦਾ, ਨਾਮ ਨਹੀਂ ਸੁਣਦਾ, ਨਾਮ ਨਹੀਂ ਜਪਦਾ। ਸੋ ਇਹ ਹੈ ਉਪਦੇਸ਼ ਮਹਾਰਾਜ ਜੀ ਦਾ। ਆਓ, ਪੰਜ ਦੀਵਾਨ ਆਪ ਨੂੰ ਮਿਲੇ ਨੇ ਅੱਜ। ਹੁਣ ਹੁਕਮਨਾਮਾ, ਪਹਿਲਾਂ ਅਰਦਾਸ ਹੋਵੇਗੀ, ਅਰਦਾਸ ਤੋਂ ਪਹਿਲਾਂ ਆਪਾਂ ਗੁਰੂ ਸਤੋਤਰ ਪੜ੍ਹਾਂਗੇ, ਹੁਕਮਨਾਮੇ ਤੋਂ ਬਾਅਦ ਫਿਰ ਸਮਾਪਤੀ। ਹੁਕਮਨਾਮੇ ਤੋਂ ਪਹਿਲਾਂ ਜਾਣ ਦੀ ਕੋਈ ਖੇਚਲ ਕਿਸੇ ਨੇ ਨਾ ਕਰਨੀ, ਇਹ ਬਹੁਤ ਵੱਡਾ ਇੱਕ ਪੁੰਨ ਹੈ ਜਿਹਦਾ ਆਪਾਂ ਨੂੰ ਪਤਾ ਨਹੀਂ, ਨਾ ਕਦੇ ਕਿਸੇ ਨੇ ਦੱਸਿਆ ਹੈ। ਗੁਰੂ ਮਹਾਰਾਜ ਨੂੰ ਵਧਾਇਗੀ ਦੇਣੀ ਵੱਡਾ ਪੁੰਨ ਹੈ ਭਾਈ। ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ ਜਦੋਂ ਆਪਾਂ ਸਨਮੁਖ ਹੱਥ ਜੋੜ ਕੇ ਖੜ੍ਹਦੇ ਹਾਂ ਨਾ, ਲੱਖ ਖੁਸ਼ੀਆਂ ਮਿਲਦੀਆਂ ਹਨ। ਪਾਤਸ਼ਾਹੀਆਂ ਬਖਸ਼ ਦਿੰਦੇ ਨੇ ਮਹਾਰਾਜ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ। ਆ ਨਜ਼ਰ ਹੀ ਹੋਣੀ ਹੈ ਨਾ ਜਦ ਖੜ੍ਹੇ ਹੋਵਾਂਗੇ ਆਪਾਂ ਸਾਹਮਣੇ ਮਹਾਰਾਜ ਜੀ ਦੇ। ਇਸ ਕਰਕੇ ਮਹਾਰਾਜ ਨੂੰ ਵਧਾਇਗੀ ਦੇ ਕੇ ਜਾਣਾ, ਗੁਰੂ ਸਤੋਤਰ ਵਿੱਚ ਬੋਲੋ ਸਾਰੇ ਗੱਜ ਵੱਜ ਕੇ। ਚਾਰ ਦਿਨ ਹੋਰ ਇਸੇ ਤਰ੍ਹਾਂ ਸਮੇਂ ਸਿਰ ਆਓ। ਜਿਨ੍ਹਾਂ ਨੂੰ ਨਹੀਂ ਪਤਾ, ਟੈਲੀਫੋਨ ਤੁਹਾਡੇ ਘਰਾਂ ਵਿੱਚ ਹਨ, ਹਰ ਵੇਲੇ ਕੋਲ ਰੱਖੇ ਹੋਏ ਨੇ, ਅਤੇ ਇੰਨਾ ਕੁ ਖੇਚਲ ਕਰ ਲਓ, ਇੱਕ ਇੱਕ ਦੋ ਦੋ ਟੈਲੀਫੋਨ ਕਰਕੇ ਪ੍ਰੇਮੀਆਂ ਨੂੰ ਕਹਿ ਦਿਓ ਭਾਈ ਆਪਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਨਾਨਕ ਦੀ ਗੱਲ ਸੁਣਨੀ ਹੈ, ਆ ਜਾਓ। ਸੱਦਾ ਦੇਣਾ ਚਾਹੀਦਾ। ਸ਼ਰਾਬੀ ਦੋ ਬੈਠੇ ਹੋਣ, ਦੋ ਹੋਰ ਇਕੱਠੇ ਕਰ ਲੈਂਦੇ ਨੇ ਉਹ। ਪੋਸਟ ਖਾਣ ਵਾਲੇ ਦੋ ਬੈਠੇ ਹੋਣ, ਚਾਹੇ ਉਹਨਾਂ ਕੋਲ ਥੋੜ੍ਹਾ ਹੀ ਹੋਵੇ, ਉਹ ਮਾਲ ਘੱਟ ਹੀ ਹੋਵੇ, ਪਰ ਉਹਨਾਂ ਨੂੰ ਚਾਅ ਰਹਿੰਦਾ ਵੀ ਵੰਡ ਕੇ ਖਾ ਲਈਏ, ਇਹ ਵੀ ਮੇਰਾ ਭਰਾ ਬਣ ਜੇ, ਇਹ ਵੀ ਕਿਤੇ ਮੇਰੇ ਵਰਗਾ ਹੀ ਬਣ ਜਾਵੇ, ਇਹ ਕਿਤੇ ਮੇਰੇ ਤੋਂ ਅਲਹਿਦਾ ਨਾ ਰਹਿ ਜੇ। ਅਤੇ ਜੇ ਉਹ ਇਕੱਠੇ ਹੋ ਕੇ ਅਤੇ ਉਹ ਆਪਣਾ ਕੰਮ ਕਰਦੇ ਨੇ, ਅਤੇ ਆਪਾਂ ਵੀ ਦੋ ਦੋ ਚਾਰ ਚਾਰ ਨੂੰ ਟੈਲੀਫੋਨ ਕਰਕੇ ਬੁਲਾ ਕੇ ਅਤੇ ਇਕੱਠੇ ਬਹਿ ਕੇ ਮਾਣੀਏ ਆਨੰਦ, ਲਈਏ ਗੁਰੂ ਦੀਆਂ ਖੁਸ਼ੀਆਂ, ਫਿਰ ਇਹ ਆਪਣਾ ਲੋਕ ਸੁਖੀ ਔਰ ਲੋਕ ਸਹੇਲਾ ਹੋਵੇਗਾ। ਬੋਲੋ ਸਾਰੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਜਪੋ ਸਾਰੀਆਂ ਬੀਬੀਆਂ। ਧੰਨ ਹੈ ਧੰਨ ਹੈ
ਗੁਰੂ ਅੰਗਦ ਸਾਹਿਬ ਜੀ ਧੰਨ ਹੈ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ।
ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।